ਫਿਲਮ ਵਾਰਤਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਅਦਬ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਜਿਵੇਂ ਤੁਸੀਂ ਸਾਡੇ ਚੈਨਲ ਤੋਂ ਬਹੁਤ ਸਾਰੀਆਂ ਫਿਲਮੀ ਹਸਤੀਆਂ ਦੇ ਨਾਲ ਰੂਬਰੂ ਹੁੰਦੇ ਹੋ, ਤਿਵੇਂ ਹੀ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹਸਤੀ ਦੇ ਨਾਲ ਰੂਬਰੂ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਦਾ ਫਿਲਮ ਇੰਡਸਟਰੀ ਦੇ ਵਿੱਚ ਕਰੀਅਰ ਸ਼ੁਰੂ ਹੋਇਆ ਹੈ ਕੋਸਟਿਊਮ ਡਿਜ਼ਾਈਨਰ ਦੇ ਤੌਰ 'ਤੇ। ਕੋਸਟਿਊਮ ਡਿਜ਼ਾਈਨਰ ਬਾਰੇ ਅਸੀਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਚਾਹਾਂਗੇ ਕਿ ਇਹ ਉਹ ਵਿਅਕਤੀ ਹੁੰਦੇ ਨੇ ਜਿਹੜੇ ਫਿਲਮ ਦੇ ਅਦਾਕਾਰਾਂ ਜਾਂ ਅਦਾਕਾਰਾਵਾਂ ਦੇ ਕੱਪੜਿਆਂ ਨੂੰ ਡਿਜ਼ਾਈਨ ਕਰਦੇ ਨੇ, ਉਹਨਾਂ ਦੇ ਕੱਪੜਿਆਂ ਦੀ ਸਿਲੈਕਸ਼ਨ ਕਰਦੇ ਨੇ ਕਿ ਉਹ ਸ਼ੂਟਿੰਗ 'ਤੇ ਕਿਸ ਤਰ੍ਹਾਂ ਦੇ ਲਿਬਾਸ ਜਿਹੜੇ ਉਹ ਪਹਿਨਣਗੇ, ਅਤੇ ਉਹਨਾਂ ਦੇ ਲਿਬਾਸ ਦੇ ਬਾਰੇ ਡਿਸਾਈਡ ਕਰਨਾ, ਉਹਨਾਂ ਨੂੰ ਨਵੀਂ ਦਿੱਖ ਦੇਣਾ ਜਾਂ ਕਿਸੇ ਪ੍ਰੀਓਡੀਕਲ ਫਿਲਮ ਦੇ ਅਕੋਰਡਿੰਗ ਕੱਪੜਿਆਂ ਦੀ ਚੋਣ ਕਰਨਾ ਔਰ ਉਹਨਾਂ ਦੇ ਕੱਪੜਿਆਂ ਦਾ ਨਿਰਮਾਣ ਕਰਨਾ, ਇਹ ਕੋਸਟਿਊਮ ਡਿਜ਼ਾਈਨਰ ਦੀ ਜ਼ਿੰਮੇਵਾਰੀ ਹੁੰਦੀ ਹੈ। ਚੈਨਲ ਫਿਲਮ ਵਾਰਤਾ ਦੀ ਇਹ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਕਿ ਜਿਹੜੇ ਲੋਕ ਫਿਲਮ ਦੀ ਬੈਕ ਟੀਮ 'ਤੇ ਕੰਮ ਕਰਦੇ ਨੇ ਉਹਨਾਂ ਨੂੰ ਜ਼ਰੂਰ ਹਾਈਲਾਈਟ ਕੀਤਾ ਜਾਵੇ। ਤਾਂ ਇਸੇ ਲੜੀ ਦੇ ਤਹਿਤ ਅੱਜ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਜੀ ਨਵਦੀਪ ਅਗਰੋਈਆ ਦੇ ਨਾਲ, ਜਿਹੜੇ ਕਿ ਕੋਸਟਿਊਮ ਡਿਜ਼ਾਈਨਰ ਨੇ, ਅੱਜ ਸਾਡੇ ਨਾਲ ਬੈਠੇ ਨੇ ਫਿਲਮ ਬਲੈਕੀਆ ਦੇ ਸੈੱਟ 'ਤੇ। ਤਾਂ ਅੱਜ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੋਸਟਿਊਮ ਡਿਜ਼ਾਈਨਰ ਦੀ ਪੰਜਾਬੀ ਸਿਨੇਮੇ ਦੇ ਵਿੱਚ ਕੀ ਅਹਿਮੀਅਤ ਆ, ਕਿਉਂਕਿ ਇਸ ਤੋਂ ਪਹਿਲਾਂ ਉਹਨਾਂ ਨੇ ਕਾਫੀ ਹੋਰ ਡਿਜ਼ਾਈਨਰਸ ਦੇ ਨਾਲ ਕੰਮ ਕੀਤਾ ਹੈ ਅਤੇ ਇਸ ਦੇ ਬਾਰੇ ਉਹ ਖੁਦ ਵੀ ਦੱਸਣਗੇ। ਸਰ, ਤੁਸੀਂ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਆਪਣੇ ਬਾਰੇ ਦੱਸੋ। ਐਕਚੁਅਲੀ ਮੈਂ ਨਿਫਟ ਦਾ ਪਾਸ ਆਊਟ ਹਾਂ, ਮਾਨਸਾ ਦਾ ਰਹਿਣ ਵਾਲਾ ਹਾਂ ਅਤੇ ਆਪਦੀ ਕਲਾਕਾਰੀ ਮੈਂ ਨਿਫਟ ਦੇ ਸ਼ੋਅ 'ਚ ਦਿਖਾ ਚੁੱਕਿਆ ਹਾਂ। ਨਿਫਟ ਨੇ ਮੈਨੂੰ ਮੇਰੀ ਕਲੈਕਸ਼ਨ ਨੂੰ ਅਵਾਰਡ ਕੀਤਾ ਹੈ ਐਜ਼ ਅ ਮੋਸਟ ਕਮਰਸ਼ੀਅਲ ਕਲੈਕਸ਼ਨ ਆਫ ਦੀ ਈਅਰ 2017। ਉਸ ਤੋਂ ਬਾਅਦ ਮੈਂ ਜੋਬ ਵੀ ਕੀਤੀ ਆ, ਏਡੀਡਾਸ ਤੇ ਇੰਟਰਨ ਵੀ ਰਿਹਾ। ਮੈਂ ਬਚਪਨ ਤੋਂ ਹੀ ਮੇਰਾ ਸ਼ੌਂਕ ਸੀ ਕਿ ਮੈਂ ਫਿਲਮ ਲਾਈਨ 'ਚ ਆਵਾਂ। ਲਾਈਕ ਮੈਂ ਆਪਣੀ ਜ਼ਿੰਦਗੀ 'ਚ ਕਦੇ ਕਾਰਟੂਨਸ ਨਹੀਂ ਦੇਖੇ, ਨਾ ਹੀ ਬਚਪਨ 'ਚ, ਅਤੇ ਨਾ ਹੀ ਮੈਂ ਬਹੁਤੀਆਂ ਗੇਮਸ ਖੇਡੀਆਂ ਨੇ। ਆਊਟਡੋਰ ਖੇਡਦਾ ਰਿਹਾ ਮੈਂ ਜੇ ਬਚਪਨ ਤੋਂ, ਮੈਂ ਸ਼ੁਰੂਆਤ ਤੋਂ ਮੈਂ ਫਿਲਮ 'ਚ ਦੇਖਦਾ ਆ ਰਿਹਾ ਅਤੇ ਫੈਸ਼ਨ ਟੀ ਵੀ ਦੇਖਦਾ ਆ ਰਿਹਾ। ਮੈਂ ਕਰੀਬ 4 ਸਾਲਾਂ ਦਾ ਸੀ ਜਦ ਤੋਂ ਮੈਂ ਫੈਸ਼ਨ ਟੀ ਵੀ ਦੇਖ ਰਿਹਾ, ਅਤੇ ਉਦੋਂ ਤੋਂ ਹੀ ਮੈਂ ਇੰਸਪਾਇਰ ਹੁੰਦਾ ਸੀ, ਮੈਨੂੰ ਲੱਗਦਾ ਸੀ ਮੈਂ ਇੱਥੇ ਹੋਵਾਂ। ਮਤਲਬ ਬਚਪਨ ਤੋਂ ਹੀ ਤੁਸੀਂ ਕਾਰਟੂਨ ਦੇਖਣ ਦੀ ਬਜਾਏ ਫੈਸ਼ਨ ਟੀਵੀ ਨੂੰ ਪ੍ਰੈਫਰ ਕਰਦੇ ਸੀ। ਫੈਸ਼ਨ ਟੀਵੀ ਦੇ ਫਿਲਮ ਜੋ ਪ੍ਰੈਫਰ ਕਰਦਾ ਸੀ। ਹਾਂਜੀ, ਲਾਈਕ ਇੰਟਰਸਟ ਹੀ ਕੋ ਸੀਗਾ ਮੇਰਾ, ਤੇ ਐਦਾਂ ਹੀ ਦੌਰ ਛੱਡਿਆ ਅੱਗੇ ਕਿ ਇੱਧਰ ਮੌਕਾ ਮਿਲਿਆ ਮੈਨੂੰ ਬਲੈਕੀਆ 'ਚ ਕੰਮ ਕਰਨ ਲਈ। ਇਹ ਮੇਰੀ ਖੁਸ਼ਨਸੀਬੀ ਹੈ ਕਿ ਮੈਂ ਐਡੇ ਵੱਡੇ ਸਟਾਰਸ ਨਾਲ ਕੰਮ ਕਰ ਰਿਹਾ ਅਤੇ ਸਾਰੇ ਹੀ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਇੱਥੇ ਦੇ। ਬਾਈ ਨੂੰ ਬਹੁਤ ਕੰਮ ਪਸੰਦ ਆਉਂਦਾ ਮੇਰਾ, ਅਤੇ ਬਾਕੀ ਵੀ ਸਾਰੇ ਜਿੰਨੇ ਰਾਈਟਰ ਡਾਇਰੈਕਟਰ ਭਾਅ ਜੀ, ਸਭ ਨੂੰ ਹੀ ਬਹੁਤ ਕੰਮ ਮੇਰਾ ਪਸੰਦ ਆਉਂਦਾ ਅਤੇ ਬਹੁਤ ਸਾਥ ਦਿੰਦੇ ਨੇ। ਇਹ ਤੁਹਾਡੇ ਦਿਮਾਗ ਵਿੱਚ ਕਿਸ ਤਰ੍ਹਾਂ ਆ ਗਿਆ ਕਿ ਮੈਂ ਕੋਸਟਿਊਮ ਡਿਜ਼ਾਈਨਰ ਹੀ ਬਣ ਜਾਵਾਂ? ਕਿਉਂਕਿ ਜੇ ਤੁਸੀਂ ਫੈਸ਼ਨ ਟੀ ਵੀ ਦੇਖਦੇ ਸੀ, ਤੁਸੀਂ ਉਸ 'ਤੇ ਹੋਰ ਵੀ ਕਈ ਚੀਜ਼ਾਂ ਦੇਖਦੇ ਹੋਵੋਗੇ ਜਾਂ ਉਹਦੇ ਨਾਲ ਜੁੜੀਆਂ ਹੋਰ ਕਈ ਚੀਜ਼ਾਂ ਨੇ? ਜਿੱਦਾਂ ਕਹਿੰਦੇ ਨੇ ਵੀ ਇੱਕ ਹਰ ਕੰਮ ਦੀ ਗੁੜਤੀ ਮਿਲਦੀ ਆ, ਮੈਨੂੰ ਇਹਦੀ ਗੁੜਤੀ ਖੂਨ 'ਚ ਵੀ ਮਿਲੀ ਆ ਮੇਰੇ 'ਚੋਂ। ਮੇਰੇ ਫਾਦਰ ਖੁਦ ਡਿਜ਼ਾਈਨਰ ਨੇ ਅਤੇ ਸਾਡਾ ਫੈਮਿਲੀ ਬਿਜ਼ਨਸ ਆ, ਮੋਰ ਦੈਨ 50 ਈਅਰਸ ਹੋ ਗਏ ਉਹ ਬਿਜ਼ਨਸ ਰਨ ਹੁੰਦੇ ਨੂੰ, ਅਤੇ ਮੈਂ ਵੀ ਉੱਥੇ ਹੀ ਆਪਦਾ ਫਰੀ ਟਾਈਮ ਉੱਥੇ ਹੀ ਜਾਂਦਾ ਹਾਂ। ਜਿੱਦਾਂ ਤੁਸੀਂ ਹੁਣੇ ਗੱਲ ਕੀਤੀ ਹੈ ਕਿ ਗੁੜਤੀ ਮਿਲਦੀ ਹੈ, ਇਹ ਇੱਕ ਤਾਂ ਹੋ ਗਿਆ ਕਿ ਸਾਨੂੰ ਖਾਨਦਾਨੀ ਕੋਈ ਕੰਮ ਮਿਲ ਜਾਂਦਾ, ਪਰ ਉਹਦੇ ਵਿੱਚ ਮੁਹਾਰਤ ਹਾਸਲ ਕਰਨ ਦੇ ਲਈ ਅਸੀਂ ਉਹਦੀ ਕੋਈ ਐਕਸਟਰਾ ਜਿਹੜੀਆਂ ਪੜ੍ਹਾਈ ਪੜ੍ਹਦੇ ਹਾਂ ਜਾਂ ਉਹਦੀ ਕੋਈ ਹੋਰ ਮੁਹਾਰਤ ਹਾਸਲ ਕਰਦੇ ਹਾਂ। ਕੀ ਤੁਸੀਂ ਵੀ ਇਸ ਤਰ੍ਹਾਂ ਕੁਝ ਕੀਤਾ? ਹਾਂਜੀ, ਮੈਂ BSc ਫੈਸ਼ਨ ਡਿਜ਼ਾਈਨ ਕੀਤੀ ਹੈ ਨਿਫਟ ਤੋਂ। ਅੱਛਾ ਜੀ। ਵਨ ਆਫ ਦੀ ਮੋਸਟ ਪਾਪੂਲਰ ਕਾਲਜ ਹੈ ਇੰਡੀਆ ਦਾ ਜੀ, ਤਾਂ ਉਹਨਾਂ ਨੇ ਹੀ ਮੈਨੂੰ ਤਰਾਸ਼ਿਆ ਜੀ। ਅੱਛਾ, ਤੇ ਤੁਸੀਂ BSc ਫੈਸ਼ਨ ਡਿਜ਼ਾਈਨਿੰਗ ਕੀਤੀ? ਹਾਂਜੀ। ਖੁਦ ਤੁਹਾਡੇ ਜਿਹੜੇ ਇੰਟਰਸਟਿਜ ਨੇ, ਉਹ ਆਮ ਤੌਰ 'ਤੇ ਦੇਖਿਆ ਜਾਂਦਾ ਕਿ ਕੋਸਟਿਊਮ ਡਿਜ਼ਾਈਨਰ ਜਿਹੜੇ ਨੇ ਉਹ ਮੇਲ ਡਿਜ਼ਾਈਨਰ ਹੁੰਦੇ ਨੇ ਜਾਂ ਫੀਮੇਲ ਡਿਜ਼ਾਈਨਰ ਹੁੰਦੇ ਨੇ, ਉਹਨਾਂ ਦੀ ਆਪਣੀ ਆਪਣੀ ਖਾਸੀਅਤ ਹੁੰਦੀ ਹੈ ਕਿ ਉਹ ਮੇਲ ਡਿਜ਼ਾਈਨਰ ਬਣਨਗੇ ਜਾਂ ਫੀਮੇਲ ਡਿਜ਼ਾਈਨਰ। ਤੁਸੀਂ ਕਿਸ ਤਰ੍ਹਾਂ ਦੀਆਂ ਚੋਇਸਿਸ ਰੱਖੀਆਂ ਨੇ? ਐਕਚੁਅਲੀ ਮੈਂ ਦੋਨੇ ਹੀ ਕਰਕੇ ਰਾਜ਼ੀ ਹਾਂ ਅਤੇ ਦੋਨੇ ਹੀ ਮੈਨੂੰ ਕਰਨਾ ਪਸੰਦ ਆ,
ਪਰ ਕਹਿੰਦੇ ਆ ਇਸ ਫਿਲਮ ਦੇ ਵਿੱਚ ਲਾਈਕ ਮੈਂ ਮੇਲ ਡਿਜ਼ਾਈਨਰ ਹਾਂ ਤਾਂ ਮੋਸਟ ਆਫ ਦੀ ਫਿਲਮ ਡਿਪੈਂਡ ਔਨ ਮੇਲ ਹੈ ਇਹ ਫਿਲਮ ਮੋਸਟਲੀ ਮੈਨ ਨੇ ਇਹਦੇ 'ਚ ਅਤੇ ਇਸ 'ਚ ਮੈਂ ਮੇਲ ਹੀ ਕਰ ਰਿਹਾ ਜੇ ਆਪਾਂ ਕੱਪੜੇ ਡਿਜ਼ਾਈਨ ਕਰਨ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਦੋ ਤਰ੍ਹਾਂ ਦੇ ਕੰਮ ਨੇ ਇੱਕ ਤਾਂ ਆਮ ਤੌਰ 'ਤੇ ਕੱਪੜੇ ਡਿਜ਼ਾਈਨ ਕੀਤੇ ਜਾਂਦੇ ਨੇ ਜਿਹੜੇ ਬ੍ਰਾਂਡ ਦੇ ਨਾਲ ਵਿਕਦੇ ਨੇ ਜਾਂ ਫਿਰ ਵੈਸੇ ਕਿਸੇ ਨੇ ਡਿਜ਼ਾਈਨਰ ਕਲੋਥ ਦੇ ਨਾਮ 'ਤੇ ਆਪਣੀ ਵਿਕਰੀ ਜਿਹੜੀ ਕੀਤੀ ਹੁੰਦੀ ਹੈ ਆਪਣੇ ਕੱਪੜਿਆਂ ਦੀ ਪਰ ਜਦੋਂ ਫਿਲਮ ਦੇ ਨਾਲ ਇਹ ਚੀਜ਼ ਜੁੜਦੀ ਹੈ ਤਾਂ ਉਹਦੇ ਵਿੱਚ ਤੁਸੀਂ ਕਿਵੇਂ ਅੰਤਰ ਸਪਸ਼ਟ ਕਰੋਗੇ ਉਹ ਫੀਲਡ ਬਿਲਕੁਲ ਅਲੱਗ ਆ ਅਤੇ ਇੱਕ ਆਮ ਡਿਜ਼ਾਈਨਰ ਸਟੋਰ ਵੀ ਹੈ ਮੇਰਾ ਉਹ ਫੀਲਡ ਵੀ ਬਿਲਕੁਲ ਅਲੱਗ ਆ ਅਤੇ ਫਿਲਮ ਲਾਈਨ ਬਿਲਕੁਲ ਅਲੱਗ ਆ ਇੱਥੇ ਆਪਾਂ ਨੂੰ ਹਰ ਕਰੈਕਟਰ ਦੀ ਸਟੋਰੀ ਅਕੋਰਡਿੰਗ ਕੋਸਟਿਊਮ ਤਿਆਰ ਕਰਨੇ ਪੈਂਦੇ ਆ ਉਹਨਾਂ ਦਾ ਫੀਸ ਜਾਣਨਾ ਪੈਂਦਾ ਵੀ ਹਾਂ ਕੀ ਆਪਾਂ ਉਹਨਾਂ ਨੂੰ ਸ਼ੋਅ ਕਰਨਾ ਚਾਹੁੰਦੇ ਹਾਂ ਲਾਈਕ ਜਿੱਦਾਂ ਅਸੀਂ ਇਹ ਬਲੈਕੀਆ ਫਿਲਮ ਦੇ ਵਿੱਚ ਪੂਰੀ ਰੈਟਰੋ ਲੁੱਕ ਰੱਖੀ ਆ ਅਤੇ ਉਹ ਪੂਰੀਆਂ ਵੈਲ ਬੋਟਮ ਵੱਡੇ ਕੋਲ ਇਹ ਕੋਈ ਪੀਰੀਓਡੀਕਲ ਫਿਲਮ ਹੈ ਬਲੈਕੀਆ ਫਿਲਮ 60 ਐਂਡ 70 ਦੀ ਫਿਲਮ ਹੈ ਬਲੈਕੀਆ ਜੀ ਅੱਛਾ ਯਾਨੀ ਕਿ ਇਸ ਫਿਲਮ ਦੇ ਵਿੱਚ 1960 ਤੋਂ ਲੈ ਕੇ 1970 ਤੱਕ ਦਾ ਸਮਾਂ ਜਿਹੜਾ ਉਹ ਦਿਖਾਇਆ ਜਾਣਾ ਹਾਂ ਉਹ ਸਾਰਾ ਸਮਾਂ ਦਿਖਾਇਆ ਜਾਣਾ ਉਹਦੇ ਪੂਰੀ ਰਿਸਰਚ ਕੀਤੀ ਹੈ ਮੈਂ ਕਿ ਜਿੰਨੀ ਕਲਰਫੁਲ ਉਹਨਾਂ ਲੋਕ ਕੱਪੜੇ ਪਾਉਂਦੇ ਸੀ ਕੌਣ ਕਲਰਫੁਲ ਪਾਉਂਦੇ ਸੀ ਕੌਣ ਕਲਰਫੁਲ ਨਹੀਂ ਪਾਉਂਦੇ ਸੀ ਰਿਸਰਚ ਕਰਨ ਨੂੰ ਮੈਨੂੰ ਵਕਤ ਬਹੁਤ ਘੱਟ ਮਿਲਿਆ ਸੀਗਾ ਪਰ ਜਿੰਨਾ ਮੈਂ ਆਪ ਤੋਂ ਵੱਧ ਤੋਂ ਵੱਧ ਕੋਸ਼ਿਸ਼ ਕਰ ਸਕਦਾ ਸੀ ਮੈਂ ਉਨੇ 'ਚ ਰਿਸਰਚ ਕਰਕੇ ਆਪਦੀਆਂ ਉਮੀਦਾਂ ਦੇ ਖਰਾਬ ਤਰੀਕੇ ਨਹੀਂ ਜਿਸ ਤਰ੍ਹਾਂ ਮੇਰੇ ਪੁੱਛਣ ਦਾ ਮਕਸਦ ਇਹ ਹੈ ਕਿ ਇਹ ਕਿਸੇ ਖਾਸ ਕਿੱਤੇ ਦੇ ਖਾਸ ਇਲਾਕੇ ਦੇ ਕੱਪੜੇ ਤੁਸੀਂ ਚੂਜ਼ ਕੀਤੇ ਨੇ ਹਾਂਜੀ ਇਹ ਮੋਸਟਲੀ ਆਪਾਂ ਪੰਜਾਬ ਹੀ ਦਿਖਾਇਆ ਸਾਰੀ ਫਿਲਮ ਦੇ ਵਿੱਚ ਅਤੇ ਪੰਜਾਬ ਦੇ ਹੀ ਕੱਪੜੇ ਲਾਈਕ ਜਿੱਦਾਂ ਮੁੰਬਈ ਅਤੇ ਪੰਜਾਬ 'ਚ ਬਹੁਤ ਫਰਕ ਸੀ ਮੁੰਬਈ ਮੋਸਟ ਆਫ ਦੀ ਡਿਜ਼ਾਈਨਰਸ ਉਹ ਦੇਖਦੇ ਨਹੀਂ ਹੈ ਕਿ ਪੰਜਾਬ 'ਚ ਕੀ ਚੱਲਦਾ ਸੀ ਮੁੰਬਈ ਨੂੰ ਦੇਖ ਕੇ 6-6, 7-7 ਇੰਚ ਦੇ ਐਡੇ ਐਡੇ ਵੱਡੇ ਕੋਲਰ ਦੇ ਦਿੰਦੇ ਨੇ ਪਰ ਇੰਨੇ ਵੱਡੇ ਕੋਲਰ ਪੰਜਾਬ 'ਚ ਨਹੀਂ ਚੱਲਦੇ ਸੀ ਮੈਂ ਨੋਰਮਲ ਜੋ ਚੱਲਦੇ ਸੀ ਕੋਲਰ ਉਦੋਂ ਉਹ ਕੋਲਰ ਰੱਖੇ ਨੇ ਅਸੀਂ ਕੱਪੜਿਆਂ ਦੇ ਜ਼ਰੀਏ ਇੱਕ ਕਲਾਕਾਰ ਦਾ ਇੱਕ ਆਮ ਆਦਮੀ ਦਾ ਜਿਹੜਾ ਪਹਿਰਾਵੇ ਦੇ ਜ਼ਰੀਏ ਹੀ ਅਸੀਂ ਉਹਦੀ ਸ਼ਖਸੀਅਤ ਜਿਹੜੀ ਉਹ ਬਿਆਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕੋਸਟਿਊਮ ਡਿਜ਼ਾਈਨਰ ਦਾ ਮੇਨ ਕੰਮ ਜਾਣੀ ਕਿ ਤੁਸੀਂ ਇਹ ਕਹਿੰਦੇ ਹੋ ਤਾਂ ਹੁੰਦਾ ਵੀ ਹੈ ਤੁਸੀਂ ਖੁਦ ਵੀ ਇੱਕ ਸ਼ਰਟ ਇਸ ਤਰ੍ਹਾਂ ਦੀ ਪਾ ਰੱਖੀ ਹੈ ਇੱਕ ਅਲੱਗ ਜਿਹਾ ਡਿਜ਼ਾਈਨ ਇਹ ਕੋਈ ਖਾਸ ਵਜ੍ਹਾ ਐਕਚੁਲੀ ਮੈਂ ਸਾਡੇ ਘਰ ਬੱਚੇ ਸੀਗੇ ਤਾਂ ਉਹ ਮੈਪ 'ਤੇ ਕੰਮ ਕਰ ਰਹੇ ਸੀ ਤਾਂ ਮੈਂ ਜਦ ਦੇਖਿਆ ਕਿ ਵੀ ਹਾਂ ਮੈਂ ਇੱਕ ਮੈਪ ਨੂੰ ਆਪਣੇ ਪੰਜਾਬ ਦੇ ਮੈਪ ਨੂੰ ਵੀ ਆਪਣੀ ਸ਼ਰਟ 'ਤੇ ਬਣਾ ਸਕਦਾ ਹਾਂ ਤਾਂ ਉਸ ਅਕੋਰਡਿੰਗ ਮੈਂ ਇਹ ਕੰਮ ਕੀਤਾ ਆ ਅਤੇ ਮੇਰਾ ਡਿਸਟ੍ਰਿਕਟ ਹੀ ਮੈਂ ਆਪਦੇ ਇਹ ਐਕਚੁਲੀ ਮੈਂ ਖੁਦ ਹੈਂਡ ਪੇਂਟ ਕੀਤਾ ਪਹਿਲਾਂ ਅਤੇ ਉਸ ਤੋਂ ਬਾਅਦ ਨੋਟਸ ਕੀਤੀਆਂ ਅੱਛਾ ਨਵਦੀਪ ਤੁਹਾਡੇ ਫਿਊਚਰ ਨੂੰ ਲੈ ਕੇ ਕੀ ਪਲੈਨਿੰਗਸ ਨੇ ਫਿਲਮ ਇੰਡਸਟਰੀ ਦੇ ਕੰਟੈਕਸਟ 'ਚ ਫਿਲਹਾਲ ਤਾਂ ਪੰਜਾਬੀ ਫਿਲਮ 'ਚ ਅੱਗੇ ਹੋਰ ਹੈਗੀਆਂ ਨੇ ਮੇਰੇ ਕੋਲ ਇਹ ਕਰ ਰਿਹਾ ਮੈਂ ਪਰ ਮੇਰਾ ਫਿਊਚਰ ਪਲੈਨ ਹੈ ਕਿ ਮੈਂ ਹਾਲੀਵੁੱਡ 'ਚ ਕਰਾਂ ਅਤੇ ਇੱਕ ਬਾਲੀਵੁੱਡ 'ਚ ਮੇਰਾ ਬਹੁਤ ਡ੍ਰੀਮ ਆ ਕਿ ਮੈਂ ਰਣਵੀਰ ਸਿੰਘ ਅਤੇ ਨਵਾਜ਼ੁਦੀਨ ਸਿੱਦੀਕੀ ਇਹ ਦੋਨੇ ਵਨ ਆਫ ਦੀ ਬੈਸਟ ਐਕਟਰਸ ਨੇ ਜੋ ਮੈਨੂੰ ਫੀਲ ਹੁੰਦੇ ਨੇ ਤਾਂ ਮੈਂ ਉਹਨਾਂ ਨਾਲ ਕੰਮ ਕਰਨਾ ਚਾਹੁੰਦਾ ਅੱਛਾ ਤੁਸੀਂ ਕਿਸੇ ਨੂੰ ਫਿਰ ਇਸ ਚੀਜ਼ ਦੇ ਲਈ ਫੋਲੋ ਵੀ ਕਰਦੇ ਹੋ ਐਕਚੁਅਲੀ ਮੈਂ ਸੱਚ ਦੱਸਾਂ ਤਾਂ ਮੈਂ ਕਿਸੇ ਨੂੰ ਫੋਲੋ ਨਹੀਂ ਕਰਦਾ ਪਰ ਹਾਂ ਮੈਨੂੰ ਮੈਗਜ਼ੀਨਸ ਅਤੇ ਬਹੁਤ ਬ੍ਰਾਂਡ ਦੇਖਣੇ ਪੈਂਦੇ ਨੇ ਜੋ ਇੰਟਰਨੈਸ਼ਨਲ ਨੇ ਕਿ ਮਾਰਕੀਟ ਦੇ ਵਿੱਚ ਕੀ ਆ ਬਟ ਮੈਂ ਆਪਣੇ ਸਟਾਈਲ ਫੋਲੋ ਕਰਦਾ ਜੀ ਨਵਦੀਪ ਤੁਸੀਂ ਸਾਡੇ ਦਰਸ਼ਕਾਂ ਨੂੰ ਜਾਂਦੇ ਜਾਂਦੇ ਕੋਈ ਖਾਸ ਸੁਨੇਹਾ ਦੇਣਾ ਚਾਹੋ ਐਜ਼ ਅ ਕੋਸਟਿਊਮ ਡਿਜ਼ਾਈਨਰ ਮੈਂ ਫਿਲਹਾਲ ਇਹੀ ਕਹਿਣਾ ਚਾਹੁੰਦਾ ਕਿ ਜਿੱਦਾਂ ਪੁਰਾਣੀ ਕਹਾਵਤ ਆ ਕਿ ਲੋਕਾਂ ਨੇ ਪਾਏ ਹੋਏ ਕੱਪੜੇ ਹੀ ਉਹਨਾਂ ਦੀ ਪਹਿਚਾਣ ਹੁੰਦੇ ਆ ਪਰ ਮੈਂ ਚਾਹੁੰਦਾ ਕਿ ਮੇਰੇ ਬਣਾਇਆ ਹੋਇਆ ਪਹਿਰਾਵਾ ਹੀ ਮੇਰੀ ਪਹਿਚਾਣ ਹੋਵੇ ਅਸੀਂ ਵੀ ਕੋਸ਼ਿਸ਼ ਕਰਾਂਗੇ ਦੁਆ ਕਰਾਂਗੇ ਕਿ ਤੁਹਾਡੀਆਂ ਜਿਹੜੀਆਂ ਗੱਲਾਂ ਨੇ ਉਹ ਜ਼ਰੂਰ ਕਬੂਲੀਆਂ ਜਾਣ ਅਤੇ ਸਾਡੀ ਇਹੀ ਇੱਛਾ ਰਹੇਗੀ ਕਿ ਤੁਸੀਂ ਵੀ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰੋ ਔਰ ਚੰਗੇ ਕੰਮ ਦੇ ਨਾਲ ਆਪਣੀ ਪਹਿਚਾਣ ਬਣਾਓ ਤੁਸੀਂ ਬਿਲਕੁਲ ਦਰੁਸਤ ਫਰਮਾਇਆ ਕਿ ਕੱਪੜੇ ਜਿਹੜੇ ਨੇ ਉਹ ਕਿਸੇ ਬੰਦੇ ਦੀ ਪਹਿਚਾਣ ਹੁੰਦੇ ਨੇ ਕਿਉਂਕਿ ਪਹਿਰਾਵਾ ਹੀ ਕਿਸੇ ਦੀ ਪਹਿਚਾਣ ਹੁੰਦਾ ਅਤੇ ਅਸੀਂ ਵੀ ਚਾਹਾਂਗੇ ਕਿ ਤੁਹਾਡੇ ਬਣਾਏ ਹੋਏ ਪਹਿਰਾਵੇ ਤੁਹਾਡੀ ਪਹਿਚਾਣ ਬਣਾਉਣ ਅਤੇ ਤੁਸੀਂ ਇੱਕ ਦਿਨ ਪੰਜਾਬੀ ਸਿਨੇਮਾ ਦੇ ਵਿੱਚੋਂ ਵਧੀਆ ਬਿਹਤਰੀਨ ਕੋਸਟਿਊਮ ਡਿਜ਼ਾਈਨਰ ਬਣ ਕੇ ਨਿਕਲੋ
ਹਾਂਜੀ, ਬਹੁਤ ਬਹੁਤ ਮਿਹਰਬਾਨੀ ਮੈਮ ਤੁਹਾਡੀ। ਦੋਸਤੋ, ਇਹ ਸਨ ਸਾਡੇ ਨਾਲ ਨਵਦੀਪ ਅਗਰੋਈਆ ਜੀ, ਜੋ ਕਿ ਪੰਜਾਬੀ ਸਿਨੇਮਾ ਇੰਡਸਟਰੀ ਦੇ ਵਿੱਚ ਆਪਣਾ ਕਰੀਅਰ ਐਜ਼ ਅ ਕੋਸਟਿਊਮ ਡਿਜ਼ਾਈਨਰ ਸ਼ੁਰੂ ਕਰ ਚੁੱਕੇ ਨੇ, ਅਤੇ ਉਹ ਚਾਹੁੰਦੇ ਨੇ ਕਿ ਆਪਣੀ ਜ਼ਿੰਦਗੀ ਦੇ ਜਿਹੜੇ ਸੁਪਨੇ ਨੇ ਉਹ ਕੋਸਟਿਊਮ ਡਿਜ਼ਾਈਨਰ ਦੇ ਤੌਰ 'ਤੇ ਪੂਰੇ ਕਰਨ, ਅਤੇ ਅਸੀਂ ਵੀ ਆਸ ਕਰਦੇ ਹਾਂ ਕਿ ਉਹ ਇਸ ਕੰਮ ਦੇ ਵਿੱਚ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰਨਗੇ। ਇਸੇ ਤਰ੍ਹਾਂ ਦੀਆਂ ਹੋਰ ਖਾਸ ਹਸਤੀਆਂ ਦੇ ਨਾਲ ਮਿਲਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਜੀ। ਅਸੀਂ ਅਜਿਹੀਆਂ ਹੀ ਹੋਰ ਮੁਲਾਕਾਤਾਂ ਤੁਹਾਡੇ ਨਾਲ ਰੂਬਰੂ ਕਰਵਾਉਂਦੇ ਰਹਾਂਗੇ, ਅਤੇ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਦੇ ਹੋਰ ਨਵੇਂ ਨਵੇਂ ਆਸਪੈਕਟ ਜੋ ਫਿਲਮਾਂ ਦੇ ਨਾਲ ਜੁੜੇ ਹੋਏ ਨੇ, ਫਿਲਮੀ ਟੀਮ ਦੇ ਨਾਲ ਜੁੜੇ ਹੋਏ ਨੇ, ਉਹ ਜਾਣਦੇ ਰਹੋਗੇ ਸਾਡੇ ਚੈਨਲ ਫਿਲਮ ਵਾਰਤਾ ਦੇ ਜ਼ਰੀਏ। ਤਦ ਤੱਕ ਦੇ ਲਈ ਦੇਖਦੇ ਰਹੋ ਜੀ ਸਾਡਾ ਚੈਨਲ ਫਿਲਮ ਵਾਰਤਾ। अच्छा सुनो, सब्सक्राइब करते वक्त ना घंटी बजा देना, ताकि जब मैं ऑनलाइन आऊँ तो तुम्हारे फोन की भी घंटी बजे।